ਹਿੰਦੁਸਤਾਨ ਦੀ ਧਰਤੀ ਤੇ ਆਏ ਨੇ ਹਿੰਦੁਸਤਾਨ ਨੂੰ ਉਸ ਅਗਿਆਨ ਨੂੰ ਖਤਮ ਕੀਤਾ ਭਾਵੇਂ ਉਸ ਸਮੇਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਪਸੰਦ ਨਾ ਆਈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਦਿਲ ਦੀ ਗਹਿਰਾਈਆਂ ਤੋਂ ਇਸ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 548ਵੇਂ ਦਿਨ 'ਤੇ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਨਾਲ ਮੁਬਾਰਕਬਾਦ ਦੇਣਾ ਔਰ ਵਾਹਿਗੁਰੂ ਨੂੰ ਅਰਦਾਸ ਕਰਨਾ ਪ੍ਰਾਰਥਨਾ ਕਰਨਾ ਕਿ ਵਾਹਿਗੁਰੂ ਸਮੂਹ ਸਮਾਜ ਨੂੰ ਸ਼ਕਤੀ ਦਿਓ ਕਿ ਜਿਹੜੇ ਤੁਸੀਂ ਰਸਤੇ ਦੱਸੇ ਜਿਹੜਾ ਤੁਸੀਂ ਲੋਕਾਂ 'ਚ ਪਿਆਰ ਮੁਹੱਬਤ ਦਾ ਰਸਤਾ ਦੱਸੇ ਦਾ ਲੋਕਾਂ 'ਚ ਮਿਹਨਤ ਕਰਨ ਦਾ ਰਸਤਾ ਦੱਸੇ ਦਾ ਲੋਕਾਂ 'ਚ ਨਫ਼ਰਤ ਖਤਮ ਕਰਨ ਦਾ ਰਸਤਾ ਦੱਸੇ ਦਾ ਲੋਕਾਂ ਨੂੰ ਅੰਧੇਰੇ 'ਚੋਂ ਬਾਹਰ ਕੱਢੇ ਦਾ ਇਹ ਜਿਹੜਾ ਸਮਾਜ ਹੈ ਇਹ ਜਿਹੜਾ ਸਿੱਖ ਪੰਥ ਹੈ ਖਾਸ ਕਰ ਇਹ ਇੱਕ ਐਸੀ ਦਿਸ਼ਾ 'ਤੇ ਚੱਲੇ ਕਿ ਅੱਛਾ ਸਮਾਜ ਬਣੇ ਔਰ ਜਿੰਨੇ ਵੀ ਸਾਡੇ ਲੋਕ ਨੇ ਉਹਨਾਂ ਨੂੰ ਇੱਕ ਅੱਛਾ ਜ਼ਿੰਦਗੀ ਜੀਣ ਦਾ ਮੌਕਾ ਮਿਲੇ।